यह दोस्तों वो पहली लाइट है जिन्हों वेख के हूँ असी लाइट आँदी है जड़िया जालों के उत्ते लगदिया ने दूसरिया जालों ती हटा के लाणिया होंगे ने मैं वो लाइटा पुरानिया जड़िया लाणिया ने वह भी तुम दिखाना कई ना ती बच के रहना है नहीं लैनिया असलामु अलैकुम दोस्तों कल इंशाल्लाह सीजन सन 2021 दे कबूतरबाजी का पहला टूरनामेंट शायद उड़ रहा है बच्चों का टूरनामेंट ते तुहानू पता है इस सीजन दे विच लाइटिंग वगैरह की काफ़ी जरूरत होंदी है जिहड़े दोस्तों ने कबूतरां नू उड़ाना हुंदा है और दिल होवे कि खासकर रात नू बैण फिर पहला उहदी ट्रेनिंग वास्ते और बाद विच टूरनामेंटा विच भी जरूरत होंदी है लाइटां दी साडियां अजमाइयां जिहड़ियां कोई चंद लाइटां ने वो तुहानू अज दिखाने आ ते ए लाइटां जिहड़ियां ने दोस्तो बहुत ही अच्छियां ने कुछ लाइटां ठीक नहीं सी ते वो असी चेंज कर रहे हैं यानी उन्होंने ला के साइड ते रखण लगे आ उन्हां विच पानी वगैरह पै जांदा है जिहड़ी एक लाइट है वो अजमाई उहदे नाल दी असी एक होर लाइट लैके आए हैं दो छोटियां लाइटां बहुत अच्छियां सी वो भी लैके आए हैं नवियां मैं वो लाइटां पुरानियां जिहड़ियां लाणियां ने वो भी तुहानू दिखाना कई ना ती बच के रहना है नहीं लैनियां ते जिहड़ियां अच्छियां लाइटां ने वो भी तुहानू दिखाना कोई दोस्त वैसे दुबई ती या यूरोप वगैरह किसी भी कंट्री ती भी मंगांदे ने इंशाल्लाह कोई जरूरत नहीं अगर ये लाइटां खरीद लियां जाण लाइट की रोशनी भी अच्छी है और 5000 की मिलती है जड़ी वड्डी है बाकी छोटियां 1500-1500 वालियां जड़ियां जालां दे उत्ते लाइटां लाई दियां ने वो भी बहुत अच्छियां ने जेड़े दोस्तों ने चैनल सबसक्राइब नहीं किते आ चैनल नू सबसक्राइब कर लैन वीडियो नू लाइक कर देन ताकि आवन वालियां सीजन विच शौक दियां भी वीडियो उन्हां तक पहुँचदियां रहन रात नू पता नहीं बहने ने या नहीं मैं कह चलो इंतजाम तो होना चाहिए ना ਇਹ ਦੋਸਤੋ ਲਾਈਟਾਂ ਨੂੰ ਨਜ਼ਰ ਮਾਰੋ ਹਾਂ ਇੱਕ ਵਾਰੀ ਅਤੇ ਮੈਂ ਅਗਲੀ ਤਫਸੀਲ ਤੁਹਾਨੂੰ ਬਾਅਦ ਵੀ ਦੱਸਣਾ ਇਹ ਇੱਕ ਨਾਲ ਸ਼ੇਅਰ ਵੀ ਸੁਣੋ ਖਤ ਜਦ ਲਿਖਣਾ ਦਿਲ ਵਰਤਾਈ ਨੈਣ ਰੋਵਣ ਵਿੱਚ ਗਮ ਦੇ ਮੈਂ ਵੀ ਰੋਵਾਂ ਦਿਲ ਵੀ ਰੋਵੇ ਅਥਰੂ ਵਗਣ ਕਲਮ ਦੇ ਬੱਦਲ ਬਰਸ ਕੇ ਰੁਕ ਜਾਂਦਾ ਅਥਰੂ ਮੂਲ ਨਾ ਥੰਮ ਦੇ ਡੋਲਣ ਖਤ ਤੂੰ ਪਹਿਲੇ ਆ ਜਾ ਨਹੀਂ ਭਰੋਸੇ ਦਮ ਦੇ ਇਹ ਲਾਈਟ ਦੋਸਤੋ ਨਵੀਂ ਲੈ ਕੇ ਆਏ ਹਾਂ ਇਹਦੇ ਨਾਲ ਦੀ ਜਿਹੜੀ ਪਹਿਲਾਂ ਲਾਈਟ ਹੈ ਉਹ ਵੀ ਤੁਹਾਨੂੰ ਦਿਖਾਉਂਦਾ ਮੈਂ ਜਿਹਦੀ ਵਜ੍ਹਾ ਨਾਲ ਅਸੀਂ ਇਹ ਲੈ ਕੇ ਆਏ ਹਾਂ ਉਹ ਬਹੁਤ ਅੱਛੀ ਨਿਕਲੀ ਹੈ ਲਾਈਟ ਤਾਂ ਇਹ ਵੀ ਦੋਸਤੋ ਬਹੁਤ ਅੱਛੀ ਹੈ ਲੇਕਿਨ ਇਹ 50 ਵਾਟ ਦੀ ਹੈ ਥੋੜ੍ਹੀ ਛੋਟੀ ਹੈ ਲੇਕਿਨ ਕੰਮ ਦੇ ਹੀ ਜਾਏਗੀ ਮਗਰ ਦੋਸਤੋ ਇਹ ਜਿਹੜੀ ਲਾਈਟ ਹੈ ਨਾ ਇਹ ਸਮਝੋ ਕਿਸੇ ਕੰਮ ਦੀ ਨਹੀਂ 1000 ਦਾ ਸਿਰਫ ਡਿਫਰੈਂਸ ਸੀ ਅਤੇ ਇਹਦੇ ਵਿੱਚ ਪਾਣੀ ਵੀ ਪੈ ਜਾਂਦਾ ਅਤੇ ਲਾਈਟ ਵੀ ਰੋਸ਼ਨੀ ਵੀ ਉਨੀ ਅੱਛੀ ਨਹੀਂ ਹੈ ਇਹਦੀ ਇਹ ਦੋਸਤੋ ਉਹ ਪਹਿਲੀ ਲਾਈਟ ਹੈ ਜਿਹਨੂੰ ਵੇਖ ਕੇ ਹੁਣ ਅਸੀਂ ਲਾਈਟ ਆਉਂਦੀ ਹੈ ਇਹ ਲਾਈਟਾਂ ਨੇ ਦੋਸਤੋ ਜਿਹੜੀਆਂ ਜਾਲਾਂ ਦੇ ਉੱਤੇ ਲੱਗਦੀਆਂ ਨੇ ਦੂਸਰੀਆਂ ਜਾਲਾਂ ਤੀ ਹਟਾ ਕੇ ਲਾਣੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਦੀ ਰੋਸ਼ਨੀ ਜ਼ਿਆਦਾ ਹੁੰਦੀ ਹੈ ਲਾਈਟ ਅਗਰ ਜ਼ਿਆਦਾ ਹੋਵੇ ਕਬੂਤਰ ਬੁਰਾ ਮਨਾਉਂਦੇ ਨੇ ਬਾਕੀ ਲਾਈਟਾਂ ਦੇ ਉੱਪਰ ਦਾ ਮਾਹੌਲ ਇਹ ਹੈ ਮੇਰੇ ਖਿਆਲ ਵਿੱਚ ਕਾਫ਼ੀ ਠੀਕ ਰਿਜ਼ਲਟ ਸੀ ਲਾਈਟਾਂ ਦਾ ਕਿਉਂਕਿ ਕਬੂਤਰ ਠੀਕ ਹੀ ਲੱਗ ਜਾਂਦੇ ਰਹੇ ਨੇ ਜਿਨ੍ਹਾਂ ਨੂੰ ਟ੍ਰੇਨਿੰਗ ਦਿੰਦੇ ਰਹੇ ਹਾਂ ਵੈਸੇ ਤਾਂ ਪਹਿਲੀ ਵਾਰ ਹੈ ਪੂਰੀ ਤਰ੍ਹਾਂ ਅਜ਼ਮਾਉਣ ਦੀ ਬਾਕੀ ਦੋਸਤੋ ਇਹ ਸ਼ੈਲਫਾਂ ਦੇ ਥੱਲੇ ਸਾਰੀਆਂ ਲਾਈਟਾਂ ਹੈ ਨੇ 7-8 ਲਾਈਟਾਂ ਲੱਗੀਆਂ ਨੇ ਇਹ ਜਾਲਾਂ ਦੇ ਵਿੱਚ ਵੀ ਇੱਕ ਇੱਕ ਲਾਈਟ ਹੈ ਅਤੇ ਦੋਸਤੋ ਮੈਂ ਸਮਝਣਾ ਕਿ ਇਹਨਾਂ ਲਾਈਟਾਂ ਦੇ ਹੁੰਦੇ ਆ ਪਾਕਿਸਤਾਨ ਵਿੱਚੋਂ ਹੀ 5000 ਦੇ ਲਗਭਗ ਅਗਰ ਮਿਲਦੀ ਹੋਵੇ ਦੁਬਈ ਤੀ ਜਾਂ ਯੂਰਪਾਂ ਵਿੱਚੋਂ ਮੰਗਵਾਉਣ ਦੀ ਕੋਈ ਜ਼ਰੂਰਤ ਨਹੀਂ ਇਸੇ ਵਜ੍ਹਾ ਤੀ ਇਹ ਵੀਡੀਓ ਬਣਾਈ ਹੈ ਬਹੁਤ ਵਧੀਆ ਰਹੀ ਹੈ ਜੀ ਲਾਈਟ ਹੁਣ ਅਸੀਂ ਲਾਈਟਾਂ ਨੂੰ ਲਾ ਲਈਏ ਫਿਰ ਹੋ ਸਕਿਆ ਤਾਂ ਬਾਲ ਕੇ ਵੀ ਬਹਾਉਂਦੇ ਉਂਝ ਵੈਸੇ ਫਿਲਹਾਲ ਬਿਜਲੀ ਬੰਦ ਹੈ
ਦੋਸਤੋ ਲਾਈਟਾਂ ਸੈੱਟ ਕਰਦਿਆਂ ਤਕਰੀਬਨ ਸ਼ਾਮ ਹੋਈ ਆਈ ਹੈ। ਇਹ ਦੇਖ ਰਹੇ ਹੋ ਇਹ ਲਾਈ ਇੱਕ ਵੱਡੀ ਲਾਈਟ 100 ਵਾਟ ਵਾਲੀ ਅਤੇ ਇੱਕ ਹੈ ਇਹ ਵਾਲੀ ਜਾਲਾਂ ਦੇ ਕਰੀਬ ਹੈ ਅਤੇ 50 ਵਾਲੀ ਹੈ। ਉੱਪਰ ਵਾਲੀ ਛੱਤ ਦੇ ਉੱਤੋਂ ਮੈਂ ਸੀਨ ਲੈ ਰਿਹਾ। ਇੱਥੋਂ ਤੱਕ ਵੀਡੀਓ ਕਿਸ ਦੋਸਤ ਨੇ ਵੇਖੀ ਉਹ ਵੀ ਜ਼ਰਾ ਆਪਣੀ ਰਾਏ ਦਿਓ। ਇਹ ਉੱਤੇ ਵਾਲੀਆਂ ਦੋਸਤੋ ਰਹਿ ਗਈਆਂ ਨੇ, ਇਹ ਕੰਮ ਹੈ ਵੈਲਡਿੰਗ ਵਾਲੇ ਦਾ ਅਤੇ ਇਸ ਵਾਸਤੇ ਇਹ ਕੱਲਾਂ ਦੇ ਛੋਟੀਆਂ ਲਾਈਟਾਂ ਵੈਲਡਿੰਗ ਵਾਲੇ ਨੂੰ ਨਾਲ ਲੈ ਕੇ। ਅਤੇ ਫਿਲਹਾਲ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ। ਖੁਦਾ ਹਾਫਿਜ਼, ਬਾਏ ਬਾਏ।